ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕਰ ਰਹੀ ਹੈ, ਬੜੇ ਦੁਖੀ ਹਿਰਦੇ ਦੇ ਨਾਲ ਕਰ ਰਹੀ ਹੈ। ਗੁਰਦੁਆਰੇ ਦੀ ਜਗ੍ਹਾ ਸਾਡਾ ਸਥਾਨ ਨਿਰਮਲ ਤਖਤ ਬਾਬਾ ਬੁੱਢਾ ਸਾਹਿਬ, ਉਸ ਸਥਾਨ ਦੇ ਵਿੱਚ ਅੱਜ ਚਰਨਜੀਤ ਸਿੰਘ ਚੰਨੀ, ਮੌਜੂਦਾ MP, ਐਕਸ CM, ਕੁਛ ਬੰਦਿਆਂ ਨੂੰ ਲੈ ਕੇ, ਗੁੰਡਿਆਂ ਨੂੰ ਨਾਲ ਲੈ ਕੇ, ਉਹ ਗੁਰਦੁਆਰੇ ਦੀ ਜ਼ਮੀਨ ਨੂੰ ਕਬਜ਼ਾ ਕਰਵਾ ਕੇ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਇੰਨੀ ਜ਼ਿਆਦਾ ਮਤਲਬ ਐਕਸਪੈਕਟੇਸ਼ਨਸ ਹੈ ਹੀ ਨਹੀਂ ਸੀ ਵੀ ਇੰਨੇ ਰਿਸਪੋਂਸੀਬਲ ਸਿਟੀਜ਼ਨਸ ਇਹੋ ਜਿਹਾ ਕੰਮ ਕਰਵਾਉਂਦੇ ਨੇ। ਹੀ ਸੋ ਰਿਸਪੋਂਸੀਬਲ, MP ਹੈ, ਸੈਂਟਰ 'ਚ ਹੈ, ਔਰ ਇਹ ਤਾਂ ਗੁਰਦੁਆਰੇ ਦੇ ਅਸਥਾਨ ਦੇ ਉੱਤੇ ਆ ਰਹੇ ਨੇ ਮੇਰੇ। ਮੈਂ ਉੱਥੇ ਸੇਵਾ ਕਰਦੀ ਹਾਂ ਇੱਕ ਲੇਡੀ, ਉਹਨਾਂ ਨੇ ਕੁਛ ਨਹੀਂ ਪੁੱਛਿਆ, ਕੁਛ ਨਹੀਂ ਦੇਖਿਆ, ਇੱਕਦਮ ਸਾਡੇ ਸਥਾਨ 'ਤੇ ਆਏ, ਕੋਸ਼ਿਸ਼ ਕੀਤੀ। ਮੈਂ ਰਿਕੁਐਸਟ ਕਰਦੀ ਹਾਂ ਮੀਡੀਆ ਨੂੰ, ਪ੍ਰਸ਼ਾਸਨ ਨੂੰ, ਭਗਵੰਤ ਸਿੰਘ CM ਸਾਹਿਬ ਮਾਨ ਨੂੰ ਵੀ ਸਾਡੀ ਹੈਲਪ ਕਰਨ, ਸਾਨੂੰ ਬਚਾਉਣ ਇਹਨਾਂ ਦਰਿੰਦਿਆਂ ਤੋਂ। ਇੰਨੇ ਅਸੀਂ ਇਸ ਟਾਈਮ ਸਕੇਅਰਡ ਹੈ ਵੀ ਪਤਾ ਨਹੀਂ ਇਹਨਾਂ ਨੇ ਕੱਲ੍ਹ ਨੂੰ ਕੀ ਕਰ ਦੇਣਾ, ਮੈਂ ਕੀ ਸਾਂਭ ਸਕਾਂਗੀ, ਕੀ ਕਰ ਸਕਾਂਗੀ ਮੈਂ। ਉਹ ਦੇਖ ਕੇ, ਸੋਚ ਕੇ, ਸਮਝ ਕੇ ਤਾਂ ਆਉਂਦੇ ਸਾਰੇ ਮੇਰੇ ਕਾਉਂਸਲਰ ਸਾਹਿਬ ਮੇਰੇ ਨਾਲ ਨੇ, ਮੇਰੀ ਹੈਲਪ ਕਰਦੀ ਹੈ। ਮੈਂ ਇਹਨਾਂ ਕੋਲ ਗਈ, ਇਕੱਲੇ ਇਕੱਲੇ ਕੋਲ ਗਈ, ਮੈਂ ਕਿਹਾ ਮੇਰੀ ਹੈਲਪ ਤਾਂ ਕਰੋ ਆ ਕੇ ਸਾਰੇ ਜਣੇ। ਆ ਸਾਰੇ ਮੇਰੇ ਨਾਲ ਆਏ ਨੇ, ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਪੁੱਛੋ ਵੀ ਉਹ ਇੱਦਾਂ ਆਏ ਕਿਉਂ ਸਵੇਰੇ ਸਵੇਰੇ, ਸਾਨੂੰ ਇਤਲਾਹ ਤਾਂ ਕਰ ਦੇ, ਸਾਨੂੰ ਦੱਸਦੇ ਤਾਂ ਸਹੀ। ਔਰ ਇੰਨੇ ਰਿਸਪੋਂਸੀਬਲ ਬੰਦੇ, ਮੈਂ ਫਿਰ ਮੀਡੀਆ ਨੂੰ ਬੜੀ ਰਿਕੁਐਸਟ ਕਰਦੀ ਹਾਂ ਸਾਡੀ ਹੈਲਪ ਕਰੋ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਉਣ ਦੀ, CM ਸਾਹਿਬ ਮਾਨ ਤੱਕ ਪਹੁੰਚਾਉਣ ਦੀ ਵੀ ਸਾਨੂੰ ਸਾਡੀ ਜ਼ਮੀਨ ਬਚਾ ਲੈਣ ਇਹਨਾਂ ਤੋਂ। ਪ੍ਰੈਸ ਕਾਨਫਰੰਸ ਤੋਂ ਮੈਂ ਅੱਜ ਤਾਂ ਕਰ ਰਹੀ ਹਾਂ ਕਿ ਮੈਂ ਤਾਂ ਆਪਣੇ 47 ਸਾਲਾਂ ਦੇ ਵਿੱਚ ਇੱਦਾਂ ਕਦੀ ਦੇਖਿਆ ਹੀ ਨਹੀਂ ਕਿਸੇ ਇੰਨੇ ਜ਼ਿੰਮੇਵਾਰ ਨੂੰ ਆ ਕੇ ਸਾਡੇ ਸਥਾਨ 'ਤੇ ਆ ਕੇ ਜ਼ਮੀਨ ਹੜਪਣ ਦੀ। ਮੈਂ ਤਾਂ ਕਰ ਰਹੀ ਹਾਂ। ਵਿਜੇ ਰਕੋਏ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਨਹੀਂ ਉਹ ਪਤਾ ਨਹੀਂ ਕਿੱਥੋਂ ਆ ਜਾਂਦਾ, ਲੈ ਜਾਂਦਾ, ਉਹਦਾ ਲੈਣਾ ਦੇਣਾ ਹੀ ਨਹੀਂ ਉਹਦਾ ਇਸ ਜ਼ਮੀਨ ਦੇ ਨਾਲ। ਕੁਛ ਨਹੀਂ ਹੈਗਾ ਉਹਦੇ ਕੋਲ, ਮੇਰੇ ਕੋਲ ਸਭ ਕੁਛ ਹੈਗਾ। ਮੇਰੇ ਕੋਲ ਰਜਿਸਟਰੀ ਹੈ, ਮੇਰੇ ਕੋਲ ਇੰਤਕਾਲ ਹੈ, ਮੇਰੇ ਕੋਲ ਸਰਕਾਰੀ ਮੁਲਾਜ਼ਮਾਂ ਦੀ ਨਫਾਈ ਹੈ, ਉਹ ਸਾਰਾ ਤੁਸੀਂ ਆਪਣਾ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ, ਇਹਦੇ ਕੋਲ ਨਕਸ਼ਾ ਕੋਈ ਪਾਸ ਨਹੀਂ ਹੈ ਉਸ ਜ਼ਮੀਨ ਦੇ, ਉਹਦੇ ਸਾਰੇ ਪ੍ਰੂਫ ਮੇਰੇ ਕੋਲ ਹੈਗੇ। ਇਹ ਜਗ੍ਹਾ ਹੈਗੀ ਹੈ ਅਮਨਪ੍ਰੀਤ ਸਿੰਘ ਦੀ, ਉਹ ਗੱਦੀ ਨਸ਼ੀਨ ਅਸੀਂ ਕੀਤਾ ਹੈ, ਉਹ ਡੇਰੇ ਦਾ ਮੁਖੀ ਹੈ। ਮੈਨੂੰ ਪਤਾ ਨਹੀਂ ਲੱਗਿਆ ਕੀ ਕਿਹਾ ਤੁਸੀਂ। ਇਹ ਜਗ੍ਹਾ ਗੁਰਦੁਆਰੇ ਦੀ ਹੈ, ਹਾਂਜੀ ਗੁਰਦੁਆਰੇ ਦੀ ਜਗ੍ਹਾ ਹੈ, ਬਾਬਾ ਬੁੱਢਾ ਜੀ ਗੁਰਦੁਆਰਾ ਨਿਰਮਲ ਤਖਤ ਦੀ ਜਗ੍ਹਾ। ਆਪਣੇ ਨਾਮ ਤੇ ਨਹੀਂ, ਉਹਨਾਂ ਨੇ ਆਪਣੇ ਨਾਮ ਦੀ ਗੱਲ ਦੇਖੋ, ਜਿਹੜੇ ਤੁਸੀਂ ਇਹ ਜਗ੍ਹਾ ਜਿਹੜੀ ਹੈਗੀ ਹੈ ਅਮਨਪ੍ਰੀਤ ਸਿੰਘ ਨਾਂ ਤੇ ਹੈ, ਉਹ ਗੱਦੀ ਨਸ਼ੀਨ ਹੈ। ਅਸੀਂ ਗੱਲ ਕੀ ਹੈ ਉਹਨਾਂ ਦੇ ਖਿਲਾਫ ਤੇ ਤੁਸੀਂ ਕੀ ਆਏ ਦੇ ਉੱਥੇ ਸੇਵਾ ਲਾ? ਮੈਂ ਉੱਥੇ 47 ਇਅਰਸ ਤੋਂ ਸੇਵਾ ਕਰਦੀ ਹਾਂ,
ਚਲਾ ਰਹੀ ਹੈ, ਮੇਰਾ ਹੀ ਸਾਰਾ ਉੱਥੇ ਐਡਮਿਨਿਸਟ੍ਰੇਸ਼ਨ ਮੈਂ ਕਰਦੀ ਹਾਂ। ਮਾੜੀ ਇੰਟੈਂਸ਼ਨ, ਜਿਹੜੇ ਗਰੀਬੀ ਬੰਦੇ ਹੁੰਦੇ ਤੁਹਾਡੇ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ ਉਹਨਾਂ ਦਾ, ਬਹੁਤ ਮਾੜੇ ਇੰਟੈਂਸ਼ਨ ਜਿਹਨਾਂ ਨੂੰ ਇੱਕ ਵਾਰੀ ਲੱਤ ਲੱਗ ਜਾਏ ਹੜੱਪਣ ਦੀ ਲੋਕਾਂ ਵਿੱਚ, ਉਹਦਾ ਇੱਕ ਤਾਰਨਾਵਾ ਥੋੜ੍ਹੀ ਆ ਬੈਠਾ, ਇਹਨੂੰ ਪੁੱਛੋ ਕਿੰਨੀਆਂ ਜ਼ਮੀਨਾਂ ਹੜੱਪੀਆਂ, ਕਿੰਨੇ ਲੋਕੀ ਸਾਡੇ ਕੋਲ ਕਲਪਦੇ ਆਉਂਦੇ। ਅਵਤਾਰ ਸਿੰਘ ਜੀ ਤੁਸੀਂ ਦੱਸੋ ਕਿੰਨੀ ਟੋਟਲ ਜ਼ਮੀਨ ਹੈ? ਸੜਕਾਂ ਔਰ ਉੱਥੇ ਜਿਹੜੇ ਕਸਬੇ ਬੋਲਦੇ ਪਏ ਉਹਦੇ ਨੇੜੇ ਤੇੜੇ ਉਹਨਾਂ ਦਾ ਕੋਈ ਕਸਬਾ ਨਹੀਂ ਬੋਲਦਾ। ਪੁਲਿਸ ਦੀਆਂ ਗੱਡੀਆਂ ਲਗਵਾ ਕੇ ਉੱਥੇ ਕੰਸਟਰਕਸ਼ਨ ਦਾ ਕੰਮ ਰੁਕਵਾਇਆ ਗਿਆ, ਦੋਨੋਂ ਪਾਰਟੀਆਂ ਤੋਂ ਪੇਪਰ ਵੀ ਮੰਗ ਲਏ ਹੋਣ ਔਰ ਉਹਨਾਂ ਨੇ ਆਪਣਾ ਪੇਪਰ ਵਰਕ ਵੀ ਕੰਪਲੀਟ ਕੀਤਾ ਹੋਵੇ, ਕੋਈ ਜ਼ਿੰਮੇਵਾਰ ਬੰਦਾ ਐਕਸ ਸੀਐਮ ਇੱਕ ਵਨ ਸਾਈਡਿਡ ਆਪਣੇ ਪਾਰਟੀ ਦੇ ਜਿਹੜੇ ਸਾਬਕਾ ਕੌਂਸਲਰ ਨੇ ਉਹਨਾਂ ਦੇ ਨਾਲ ਆ ਕੇ ਉਹਨਾਂ ਦੀ ਗੱਲ ਹੀ ਸੁਣ ਲੱਗ ਪਵੇ, ਕਿੱਥੋਂ ਤੱਕ ਜਾਏਗਾ ਸਾਡਾ ਮੇਨ ਜਿਹੜਾ ਅੱਜ ਦਾ ਇਹ ਹੈਗਾ। ਵੀਡੀਓ ਵੀ ਹੈਗੀ, ਇੱਕ ਸੀਐਮ ਪੰਜਾਬ ਦੇ ਰਹੇ ਆ, ਉਹ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਜਾਂ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਲਗਾ ਦਿੰਦੇ ਵੀ ਦੋਨੋਂ ਪਾਰਟੀਆਂ ਨੂੰ ਬੁਲਾਓ ਔਰ ਉਹਨਾਂ ਦਾ ਪੱਖ ਸੁਣ ਲਓ, ਉਸ ਤੋਂ ਬਾਅਦ ਜੋ ਚੀਜ਼ ਜਾਇਜ਼ ਬਣਦੀ ਆ ਉਹ ਕਰੋ, ਨਾ ਕਿ ਅਸੀਂ ਪੂਰੀ ਫੋਰਸ ਲੈ ਕੇ ਜਿਵੇਂ ਉਹਨਾਂ ਨੂੰ VIP ਸਾਰੀ ਉਹ ਸਿਕਿਉਰਿਟੀ ਮਿਲੀ ਆ ਉਸ ਤਰ੍ਹਾਂ ਸਾਰਾ ਆਲਾ ਦੁਆਲਾ ਇਸ ਤਰ੍ਹਾਂ ਡਰ ਗਿਆ ਕਿ ਇਹ ਹੋਣ ਕੀ ਲੱਗਾ ਇੱਥੇ, ਇੱਦਾਂ ਕਦੀ ਹੋਇਆ ਜੀ? MP ਵੀ ਅਗਰ ਚਲੋ ਤੂੰ MP ਵੀ ਬਣ ਜਾਂਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਜੀ, ਇਹੀ ਤਾਂ ਅਸੀਂ ਕਹਿ ਰਹੇ ਹਾਂ ਨਾ ਜੀ, ਫਿਰ ਉਹਨਾਂ ਨੇ ਕਿਉਂ ਆਉਣਾ ਸੀ ਅੱਜ ਜੇ ਮੰਡੇ ਦਾ ਟਾਈਮ ਦਿੱਤਾ ਹੈਗਾ? ਨਹੀਂ 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 ਨਹੀਂ, ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਨੇ ਵੀ ਉਹਨਾਂ ਨੂੰ ਕੀ ਕਿਹਾ? ਇਹੀ ਪੁੱਛਿਆ ਵੀ ਤੁਹਾਡੇ ਕੋਲ ਅਗਰ ਕੋਈ ਲੀਗਲੀ ਸਾਰਾ ਕੋਈ ਪੇਪਰ ਵਰਕ ਹੈਗਾ ਦੈਨ ਆਓ, ਫਿਰ ਉਹਨਾਂ ਨੂੰ ਸਮਝਾ ਕੇ ਕਿਉਂ ਭੇਜਿਆ ਵਾਪਸ? ਨਹੀਂ ਤਾਂ ਕੋਈ ਕੁਛ ਵੀ ਹੋ ਸਕਦਾ ਸੀ ਅਗਰ ਪੁਲਿਸ ਨਾ ਹੁੰਦੀ ਤਾਂ ਜਿਸ ਤਰ੍ਹਾਂ ਉਹ ਆਇਆ। ਦੇਖੋ ਉਹ ਫੋਰਸ ਜਿਹੜਾ ਕੱਲ ਹੋ ਜਾਓ ਉੱਥੇ ਕੱਲ ਇਹ ਇਸ ਗੱਲ ਨੂੰ ਕੱਲ